ਹਾਂਜੀ ਬੇਟਾ, ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ। ਛੇਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਜੋ ਤੁਹਾਡੀ CP ਦੀ ਸੀਟ ਨੰਬਰ 14 ਹੈਗੀ, ਉਸ ਨੂੰ ਆਪਾਂ ਇਸ ਵੀਡੀਓ ਦੇ ਵਿੱਚ ਹੱਲ ਕਰਾਂਗੇ। ਤੁਸੀਂ ਧਿਆਨ ਨਾਲ ਉਹਨੂੰ ਵੇਖਣਾ ਗਾ, ਕਾਪੀਆਂ 'ਤੇ ਨੋਟ ਕਰ ਲੈਣਾ ਜਿਹੜੇ ਬੱਚਿਆਂ ਨੇ ਨੋਟ ਨਹੀਂ ਕੀਤੀਆਂ। ਮਨੁੱਖਾਂ, ਪੰਛੀਆਂ ਅਤੇ ਜਾਨਵਰਾਂ ਸਮੇਤ ਸਾਰੀਆਂ ਪ੍ਰਜਾਤੀਆਂ ਦੇ ਜਿਉਂਦੇ ਰਹਿਣ ਦੇ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਮੁੱਖ ਲੋੜ ਹੈ ਬੇਟਾ? ਹੋਏਗੀ ਭੋਜਨ। ਸਮੁਦਾਇ ਸਮਾਜ ਵਿੱਚ ਸੰਕਟਕਾਲੀਨ ਹਾਲਤਾਂ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਕਿਉਂ ਜ਼ਰੂਰੀ ਹੈ? ਬੀ ਆਪਸ਼ਨ ਸਹੀ ਹੈ। ਸੰਕਟਕਾਲੀਨ ਹਾਲਤਾਂ ਦਾ ਸਾਹਮਣਾ ਕਰਨ ਅਤੇ ਉਸਦੇ ਲਈ ਤਿਆਰ ਰਹਿਣ ਦੇ ਲਈ। ਧੂੰਆਂ, ਅੱਗ, ਛੋਟੀਆਂ ਸੱਟਾਂ, ਜਲਣ, ਬਿਜਲੀ ਦੇ ਖਤਰੇ, ਬੇਮੌਸਮੀ ਬਾਰਿਸ਼ ਜਾਂ ਡਿੱਗੇ ਦਰਖਤ ਵਰਗੀਆਂ ਸੰਕਟਕਾਲੀਨ ਸਥਿਤੀਆਂ ਦਾ ਸਾਹਮਣਾ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਤਰੀਕਾ ਸਭ ਤੋਂ ਵਧੀਆ ਗਾ? ਇਹਦੇ ਲਈ ਬੇਟਾ ਬੀ ਆਪਸ਼ਨ ਸਹੀ ਹੈ ਜੀ। ਵੀ ਚੌਥਾ ਪ੍ਰਸ਼ਨ ਹੈ, ਭਾਰਤ ਵਿੱਚ ਬੇਮੌਸਮੀ ਬਾਰਿਸ਼ ਨਾਲ ਕਿਹੜੀਆਂ ਫਸਲਾਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੀਆਂ ਨੇ? ਕਣਕ, ਸਰੋਂ ਅਤੇ ਦਾਲਾਂ। ਅਗਲਾ ਪ੍ਰਸ਼ਨ, ਸਰਕਾਰ ਦੁਆਰਾ ਜੀਵ ਜੰਤੂਆਂ ਦੀ ਸੁਰੱਖਿਆ ਲਈ ਕੁਝ ਰਾਖਵੇਂ ਖੇਤਰ ਬਣਾਏ ਗਏ ਨੇ, ਇਹ ਜਿੱਥੇ ਉਹਨਾਂ ਨੂੰ ਜੰਗਲ ਵਰਗਾ ਕੁਦਰਤੀ ਵਾਤਾਵਰਨ ਮਿਲਦਾ ਗਾ ਅਤੇ ਰੁੱਖ ਕੱਟਣ ਅਤੇ ਸ਼ਿਕਾਰ ਕਰਨ 'ਤੇ ਪਾਬੰਦੀ ਹੁੰਦੀ ਹੈ? ਇਹਨਾਂ ਖੇਤਰਾਂ ਨੂੰ ਕੀ ਕਹਿੰਦੇ ਨੇ ਬੇਟਾ? ਇਹਨੂੰ ਕਹਿੰਦੇ ਨੇ ਸੁਰੱਖਿਅਤ ਰੱਖਾਂ। ਅੱਜ ਕੱਲ੍ਹ ਬਹੁਤ ਸਾਰੇ ਜੰਗਲੀ ਜੀਵਾਂ ਦੀਆਂ ਪ੍ਰਜਾਤੀਆਂ ਖਤਮ ਹੋ ਚੁੱਕੀਆਂ ਹਨ ਅਤੇ ਕੁਝ ਖਤਮ ਹੋਣ ਦੇ ਕਿਨਾਰੇ ਹਨ। ਕੀ ਤੁਹਾਨੂੰ ਪਤਾ ਹੈ ਕਿ ਸਾਡਾ ਕਿਹੜਾ ਰਾਸ਼ਟਰੀ ਜਾਨਵਰ ਇਸ ਸਮੇਂ ਸੰਕਟ ਵਿੱਚ ਹੈ? ਇਹਦਾ ਨਾਮ ਹੈ ਬੇਟਾ ਬਾਘ। ਜੰਗਲੀ ਜੀਵਨ ਨੂੰ ਬਚਾਉਣ ਲਈ ਜੰਗਲੀ ਜੀਵਨ ਸੁਰੱਖਿਆ ਹਫ਼ਤਾ ਮਨਾਇਆ ਜਾਂਦਾ ਗਾ, ਠੀਕ ਹੈ? ਇਹ ਕਦੋਂ ਮਨਾਇਆ ਜਾਂਦਾ ਗਾ ਦੱਸਣਾ ਬੇਟਾ ਆਪਾਂ? ਇਹ ਮਨਾਇਆ ਜਾਂਦਾ ਹੈ ਹਰੇਕ ਸਾਲ 2 ਤੋਂ 8 ਅਕਤੂਬਰ ਤੱਕ। ਭਾਵੇਂ ਅਜੋਕੇ ਮਨੁੱਖ ਨੇ ਬਹੁਤ ਉੱਨਤੀ ਕੀਤੀ ਹੈ, ਪਰ ਅੱਜ ਵੀ ਉਸਨੇ ਜਿਉਂਦੇ ਰਹਿਣ ਲਈ ਕੁਦਰਤ ਵੱਲੋਂ ਪ੍ਰਾਪਤ ਕੁਦਰਤੀ ਸਰੋਤਾਂ 'ਤੇ ਨਿਰਭਰ ਰਹਿਣਾ ਪੈਂਦਾ ਗਾ। ਹੇਠਾਂ ਦਿੱਤਿਆਂ ਵਿੱਚੋਂ ਕੁਦਰਤੀ ਸਰੋਤਾਂ ਦੀ ਚੋਣ ਕਰੋ। ਹਾਂਜੀ, ਕਿਹੜੇ ਨੇ ਬੇਟਾ ਕੁਦਰਤੀ ਸਰੋਤ? ਵੀ ਜੰਗਲ, ਹਵਾ, ਮਿੱਟੀ ਅਤੇ ਪਾਣੀ। ਜੰਗਲ ਸਾਡੇ ਲਈ ਮਹੱਤਵਪੂਰਨ ਕੁਦਰਤੀ ਸਰੋਤ ਹਨ। ਇਹ ਕਿਹੜੀ ਕਿਰਿਆ ਰਾਹੀਂ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਨੂੰ ਪ੍ਰਾਪਤ ਕਰਕੇ ਆਕਸੀਜਨ ਛੱਡਦੇ ਨੇ? ਹਾਂਜੀ ਬੇਟਾ, ਪ੍ਰਕਾਸ਼ ਸੰਸਲੇਸ਼ਨ ਦੇ ਰਾਹੀਂ। ਇਹ ਰੁੱਖ ਵਰਖਾ ਦੀ ਰੁੱਤ ਤੋਂ ਬਾਅਦ ਆਉਂਦੀ ਹੈ। ਇਸ ਰੁੱਤ ਵਿੱਚ ਰੁੱਖ ਆਪਣੇ ਪੱਤੇ ਝਾੜ ਦਿੰਦੇ ਹਨ, ਦੱਸੋ ਕਿਹੜੀ ਰੁੱਤ ਹੈ? ਵੀ ਹਾਂਜੀ, ਇਹ ਬੇਟਾ ਪੱਤਝੜ ਦੀ ਰੁੱਤ। ਮੈਂ ਇੱਕ ਨਾਂ ਨਵਿਆਉਣ ਯੋਗ ਕੁਦਰਤੀ ਸਰੋਤ ਹਾਂ। ਮੈਨੂੰ ਬਣਨ ਵਿੱਚ ਲੱਖਾਂ ਸਾਲ ਲੱਗਦੇ ਹਨ। ਮੇਰੀ ਵਰਤੋਂ ਤਾਪ ਬਿਜਲੀ, ਘਰਾਂ ਵਿੱਚ ਬਿਜਲੀ ਪੈਦਾ ਕਰਨ ਲਈ, ਭਾਫ਼ ਇੰਜਨਾਂ ਵਿੱਚ ਭਾਫ਼ ਬਣਾਉਣ ਲਈ, ਭੱਠੀਆਂ ਵਿੱਚ ਤਾਪ ਪੈਦਾ ਕਰਨ ਲਈ ਕੀਤੀ ਜਾਂਦੀ ਹੈ, ਦੱਸੋ ਮੈਂ ਕੌਣ ਹਾਂ? ਜੀ ਬੇਟਾ ਕੀ ਹੈਗਾ? ਵੀ ਕੋਲਾ। ਦਿੱਤੀ ਗਈ ਤਸਵੀਰ ਕੀ ਦਰਸਾ ਰਹੀ ਹੈ? ਹਾਂਜੀ, ਕੀ ਦਰਸਾ ਰਹੀ ਹੈ ਬੇਟਾ? ਸਾਨੂੰ ਰੁੱਖਾਂ ਨੂੰ ਕੱਟੇ ਜਾਣ ਤੋਂ ਰੋਕਣਾ ਚਾਹੀਦਾ ਗਾ। ਹਰਮੀਤ ਰਾਜਸਥਾਨ ਵਿੱਚ ਰਹਿੰਦਾ ਗਾ, ਉਸਦਾ ਰਾਜ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਸਾਂਝੀ ਕਰਦਾ ਗਾ। ਉਹ ਨਕਸ਼ੇ ਵਿੱਚ ਇਸ ਨੂੰ ਦਰਸਾਉਣ ਲਈ ਹੇਠ ਦਿੱਤੇ ਵਿੱਚੋਂ ਉਹ ਕਿਹੜੇ ਚਿੰਨ੍ਹਾਂ ਦੀ ਵਰਤੋਂ ਕਰੇਗਾ? ਹਾਂਜੀ ਬੇਟਾ, ਦੇਖੋ ਇਹਨਾਂ ਵਿੱਚੋਂ ਕਿਹੜੇ ਚਿੰਨ੍ਹ ਵਰਤੇਗਾ? ਵੀ ਉਹ ਪਹਿਲੇ ਸਹੀ ਹੈ ਬੇਟਾ ਇਹਦੇ ਲਈ। ਪ੍ਰਸ਼ਨ ਨੰਬਰ 14, ਕੁਦਰਤੀ ਆਫਤਾ ਭੂਚਾਲ ਦੇ ਆਉਣ 'ਤੇ ਸਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ? ਵੀ ਕਿਸੇ ਮਜ਼ਬੂਤ ਮੇਜ਼ ਜਾਂ ਚੀਜ਼ ਦੇ ਹੇਠਾਂ ਲੁਕ ਜਾਣਾ ਚਾਹੀਦਾ ਗਾ। ਪ੍ਰਸ਼ਨ ਨੰਬਰ 15, ਭਾਰਤ ਦੇ ਬਹੁਤ ਸਾਰੇ ਖੇਤਰ ਜਿਵੇਂ ਕਿ ਸ਼ਿਮਲਾ, ਲਾਹੌਲ, ਸਪੀਤੀ, ਸ਼੍ਰੀਨਗਰ, ਲੇਹ, ਲਦਾਖ ਆਦਿ ਖੇਤਰਾਂ ਵਿੱਚ ਭਾਰੀ ਬਰਫ਼ਬਾਰੀ ਹੁੰਦੀ ਹੈ। ਇਹੋ ਜਿਹੇ ਖੇਤਰਾਂ ਵਿੱਚ ਘਰਾਂ ਦੀਆਂ ਛੱਤਾਂ ਜ਼ਿਆਦਾਤਰ ਕਿਵੇਂ ਹੁੰਦੀਆਂ ਨੇ ਬੇਟਾ? ਢਲਾਣਦਾਰ। ਮਨਕੀਰਤ ਆਪਣੇ ਦਾਦਾ ਦਾਦੀ, ਚਾਚਾ ਚਾਚੀ ਅਤੇ ਤਾਇਆ ਤਾਏ ਨਾਲ ਰਹਿੰਦੀ ਹੈ। ਮੋਹਿਤ ਆਪਣੇ ਮਾਤਾ ਪਿਤਾ ਦੇ ਭੈਣ ਭਰਾ ਨਾਲ ਰਹਿੰਦਾ ਗਾ। ਉਹਨਾਂ ਦੇ ਪਰਿਵਾਰਾਂ ਦੀ ਕਿਸਮ ਵਿੱਚ ਕੀ ਹਨ? ਮਨਕੀਰਤ ਦਾ ਕਿਹੜਾ ਪਰਿਵਾਰ ਹੈ? ਵੀ ਠੀਕ ਹੈ, ਸੰਯੁਕਤ ਪਰਿਵਾਰ ਹੈ। ਮੋਹਿਤ ਆਪਣੇ ਮਾਤਾ ਪਿਤਾ ਭੈਣ ਭਰਾ ਨਾਲ ਰਹਿੰਦਾ, ਕਿਹੜਾ ਗਾ? ਕਹਿਰਾ ਪਰਿਵਾਰ ਹੈ। ਤਾਂ ਇਹ ਆਪਸ਼ਨ ਬੇਟਾ ਇਹਦੇ ਲਈ ਸਹੀ ਹੈ। ਪ੍ਰਸ਼ਨ ਨੰਬਰ 17, ਅਸੀਂ ਸਾਰੇ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰਨ ਜਾਂਦੇ ਹਾਂ, ਦੱਸੋ ਕਿ ਸਿੱਖਿਆ ਤੋਂ ਇਲਾਵਾ ਸਾਡੇ ਸਕੂਲ ਵਿੱਚ ਸਾਡੇ ਜੀਵਨ ਵਿੱਚ ਹੋਰ ਕਿਹੜੀ ਅਹਿਮ ਭੂਮਿਕਾ ਨਿਭਾਉਂਦਾ ਗਾ? ਜੀ, ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਕਰਦਾ ਗਾ, ਪਹਿਲਾਂ ਸਹੀ ਹੈ। ਵੀ ਅਨੁਸ਼ਾਸਨ ਦੀ ਭਾਵਨਾ ਵਿਕਸਿਤ ਕਰਦਾ ਗਾ। ਹਾਂਜੀ, ਪਹਿਲਾ ਅਤੇ ਚੌਥਾ ਹੀ ਸਹੀ ਨੇ ਬੇਟਾ ਇਹਦੇ ਵਿੱਚ। ਪ੍ਰਸ਼ਨ ਨੰਬਰ 18, ਨਦੀਆਂ ਅਤੇ ਦਰਿਆ ਕੁਦਰਤ ਦਾ ਮਨੁੱਖ ਨੂੰ ਇੱਕ ਅਨਮੋਲ ਤੋਹਫ਼ਾ ਗਾ। ਮਨੁੱਖ ਜਾਤੀ ਦਾ ਵਿਕਾਸ ਵੀ ਨਦੀਆਂ ਦੇ ਕੰਢੇ 'ਤੇ ਹੋਇਆ। ਹੇਠ ਲਿਖੀਆਂ ਕਿਰਿਆਵਾਂ ਵਿੱਚ ਦੱਸੋ ਕਿਹੜੀ ਕਿਰਿਆ ਹੈ ਜੋ ਨਦੀਆਂ ਦੇ ਵਹਾਅ ਨੂੰ ਬਦਲ ਸਕਦੀ ਹੈ? ਉਹ ਹੈ ਬੇਟਾ ਨਦੀਆਂ ਦੇ ਉੱਤੇ ਡੈਮ ਬਣਾਉਣਾ। ਸੀ ਆਪਸ਼ਨ ਸਹੀ ਹੈ। ਸਾਡੇ ਸਕੂਲ ਦੇ ਅਧਿਆਪਕ ਸਾਨੂੰ ਭਾਖੜਾ ਨੰਗਲ ਡੈਮ ਉੱਪਰ ਲੈ ਕੇ ਗਏ, ਜਿੱਥੇ ਕੁਦਰਤੀ ਸਰੋਤ ਦੀ ਵਰਤੋਂ ਕਰਕੇ ਬਿਜਲੀ ਦਾ ਨਿਰਮਾਣ ਕੀਤਾ ਜਾਂਦਾ। ਕੀ ਤੁਸੀਂ ਇਸ ਕੁਦਰਤੀ ਸਰੋਤ ਦਾ ਨਾਮ ਦੱਸ ਸਕਦੇ ਹੋ? ਹਾਂਜੀ, ਭਾਖੜਾ ਨੰਗਲ ਡੈਮ। ਕੀ ਹੋਊਗਾ ਬੇਟਾ ਟੇ? ਪਾਣੀ ਹੈ ਨਾ। ਸੀ ਆਪਸ਼ਨ ਇਹਦੇ ਲਈ ਸਹੀ ਹੈ। ਪਾਣੀ ਦੀ ਵਰਤੋਂ ਬਿਜਲੀ ਬਣਾਉਣ ਲਈ ਕੀਤੀ ਜਾਂਦੀ ਹੈ। ਅਵਨੀਤ ਆਪਣੇ ਸਕੂਲ ਤੋਂ ਦੱਖਣ ਵੱਲ 3 ਕਿਲੋਮੀਟਰ ਤੁਰਦੀ ਹੈ ਅਤੇ ਸੱਜੇ ਹੱਥ ਮੁੜਦੀ ਹੈ। 1 ਕਿਲੋਮੀਟਰ ਚੱਲਣ ਤੋਂ ਬਾਅਦ ਉਹ ਖੱਬੇ ਪਾਸੇ ਮੁੜਦੀ ਹੈ ਅਤੇ 3 ਕਿਲੋਮੀਟਰ ਤੁਰਦੀ ਹੈ। ਇਸ ਵੇਲੇ ਉਸਦਾ ਮੂੰਹ ਕਿਸ ਦਿਸ਼ਾ ਦੇ ਵੱਲ ਹੋਏਗਾ? ਮੰਨ ਲਓ ਵੀ ਉਹ ਇੱਥੇ ਖੜੀ ਹੈ ਜਿਹੜੀ ਅਵਨੀਤ ਹੈਗੀ, ਠੀਕ ਹੈ, ਦੱਖਣ ਵੱਲ ਤੁਰ ਕੇ ਆਉਂਦੀ ਉਹ 3 ਕਿਲੋਮੀਟਰ, ਠੀਕ ਹੈ। ਜਦੋਂ ਉਹ ਇਸ ਸਾਈਡ 'ਤੇ ਆਏਗੀ ਤਾਂ ਉਹਦਾ ਜਿਹੜਾ ਰਾਈਟ ਹੈਂਡ ਹੋਏਗਾ, ਠੀਕ ਹੈ, ਉਹ ਸਾਡੇ ਖੱਬੇ ਹੱਥ ਦੇ ਸਾਹਮਣੇ ਹੋਏਗਾ ਜਿਵੇਂ ਅਸੀਂ ਫੋਨ ਨੂੰ ਦੇਖ ਰਹੇ ਹਾਂਗੇ। ਤਾਂ ਉਹ ਕਹਿੰਦਾ ਵੀ ਸੱਜੇ ਪਾਸੇ ਮੁੜਦੀ ਹੈ, ਮਤਲਬ ਉਹ ਉਸ ਸਾਈਡ ਤੋਂ ਆਉਂਦੀ ਹੋਈ ਇਸ ਸਾਈਡ 'ਤੇ ਮੁੜ ਜਾਂਦੀ ਹੈਗੀ। 1 ਕਿਲੋਮੀਟਰ ਚੱਲਦੀ ਹੈ, ਠੀਕ ਹੈ, ਫਿਰ ਇਸ ਤੋਂ ਬਾਅਦ ਉਹ ਖੱਬੇ ਪਾਸੇ ਮੁੜਦੀ ਹੈ ਵੀ, ਠੀਕ, ਮਤਲਬ ਇੱਥੋਂ ਚੱਲ ਕੇ ਉਹ ਇੱਥੇ ਖੜ੍ਹ ਕੇ ਫਿਰ ਖੱਬੇ ਵੱਲ ਮੁੜਦੀ ਹੈ ਅਤੇ 3 ਕਿਲੋਮੀਟਰ ਚੱਲਦੀ ਹੈ, ਠੀਕ ਹੈ।
ਉਸ ਦਾ ਮੂੰਹ ਹੈ ਜਿਹੜਾ ਕਿਸ ਦਿਸ਼ਾ ਦੇ ਵੱਲ ਹੈ। ਹਾਂਜੀ, ਕਿਹੜੀ ਦਿਸ਼ਾ ਦੇ ਹੋਏਗਾ ਬੇਟਾ? ਦੁਬਾਰਾ ਦੇਖੋ, ਪਹਿਲਾਂ ਦੱਖਣ ਵੱਲ ਆ ਰਹੀ ਸੀ ਵੀ, ਦੱਖਣ ਤੋਂ ਚੱਲ ਕੇ ਉਹ ਸੱਜੇ ਵੱਲ 1 ਕਿਲੋਮੀਟਰ ਮੁੜੀ, ਠੀਕ ਹੈ। 1 ਕਿਲੋਮੀਟਰ ਮੁੜਨ ਤੋਂ ਬਾਅਦ ਉਹ ਦੁਬਾਰਾ ਫੇਰ, ਠੀਕ ਹੈ, ਖੱਬੇ ਪਾਸੇ ਇਸੇ ਸਾਈਡ 'ਤੇ ਮੁੜਿਆ ਜੀ 3 ਕਿਲੋਮੀਟਰ। ਤਾਂ ਹੁਣ ਉਹਦਾ ਮੂੰਹ ਕਿਹੜੀ ਦਿਸ਼ਾ ਦੇ ਵੱਲ ਹੈ ਬੇਟਾ? ਦੱਖਣ ਦਿਸ਼ਾ ਦੇ ਵੱਲ। ਸ਼ਾਇਦ ਕਿਤੇ ਨਕਸ਼ੇ ਵਿੱਚ ਹੇਠ ਦਿੱਤੇ ਕੇਂਦਰ ਪ੍ਰਦੇਸ਼ਾਂ ਵਿੱਚ ਦੱਸੋ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਦੱਸੋ ਕਿ ਭਾਰਤ ਦੇ ਉੱਤਰੀ ਸਿਰੇ ਉੱਪਰ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ? ਦਾ ਨਾਮ ਹੈ ਬੇਟਾ ਲਦਾਖ। ਕਿਹੜਾ ਵੀ ਇਹ? ਲਦਾਖ। ਹੇਠਾਂ ਦਿੱਤੀ ਗਈ ਤਸਵੀਰ ਕੀ ਦਰਸਾ ਰਹੀ ਹੈ ਬੇਟਾ? ਹਾਂਜੀ, ਇਹ ਦਰਸਾ ਰਹੀ ਹੈ ਚੰਦਰਮਾ ਦੀਆਂ ਸਥਿਤੀਆਂ ਨੂੰ। ਹੇਠਾਂ ਲਿਖੇ ਕਥਨਾਂ ਵਿੱਚੋਂ ਦੱਸੋ ਉਹ ਕਿਹੜੀ ਢੁਕਵੀਂ ਮਨੁੱਖੀ ਗਤੀਵਿਧੀ ਹੈ ਜੋ ਕੁਦਰਤੀ ਸਰੋਤਾਂ ਦੀ ਨਿਰਭਰਤਾ ਨੂੰ ਦਰਸਾਉਂਦੀ ਹੈ? ਵੀ ਨਦੀਆਂ ਉੱਪਰ ਡੈਮ ਬਣਾ ਕੇ ਬਿਜਲੀ ਪੈਦਾ ਕਰਨਾ, ਨਦੀਆਂ ਦੇ ਪਾਣੀ ਦੀ ਖੇਤੀਬਾੜੀ ਲਈ ਵਰਤੋਂ ਕਰਨਾ, ਦੋਨੋਂ ਕਥਨ ਬੇਟਾ ਸਹੀ ਨੇ। ਪ੍ਰਸ਼ਨ ਨੰਬਰ 24, ਹਵਾ ਸਾਡੇ ਵੱਲੋਂ ਰੋਜ਼ਾਨਾ ਕੀਤੀਆਂ ਜਾ ਰਹੀਆਂ ਕਿਰਿਆਵਾਂ ਨਾਲ ਕਾਰਨ ਗੰਦਲੀ ਹੋ ਰਹੀ ਹੈ। ਹੇਠਾਂ ਦਿੱਤੀਆਂ ਕਿਰਿਆਵਾਂ ਵਿੱਚੋਂ ਕਿਰਿਆ ਚੁਣੋ ਜਿਸ ਨਾਲ ਹਵਾ ਗੰਦਲੀ ਨਹੀਂ ਹੁੰਦੀ। ਹਾਂਜੀ, ਕਿਹਦੇ ਨਾਲ ਨਹੀਂ ਹੁੰਦੀ? ਵੱਧ ਤੋਂ ਵੱਧ ਰੁੱਖ ਲਗਾਉਣ ਨਾਲ। ਕਿਸੇ ਵੀ ਐਮਰਜੈਂਸੀ ਆਪਾਤਕਾਲੀਨ ਸਥਿਤੀ ਦੌਰਾਨ ਸਭ ਤੋਂ ਪਹਿਲਾਂ ਕਦਮ ਕੀ ਹੋਣਾ ਚਾਹੀਦਾ? ਵੀ ਸ਼ਾਂਤ ਰਹਿਣਾ ਅਤੇ ਸਥਿਤੀ ਦਾ ਮੁਲਾਂਕਣ ਕਰਨਾ। ਕਿਸੇ ਸਥਾਨ ਦਾ ਕੁਦਰਤੀ ਵਾਤਾਵਰਣ ਮਨੁੱਖ ਦੇ ਭੋਜਨ ਦੀ ਕਿਸਮ ਨੂੰ ਕਿਵੇਂ ਪ੍ਰਭਾਵਿਤ ਕਰਦਾ ਬੇਟਾ? ਹਾਂਜੀ, ਇਹਦੇ ਲਈ ਵੀ ਬੀ ਆਪਸ਼ਨ ਆਪਣੇ ਕੋਲ ਸਹੀ ਆ ਜਾਏਗੀ। ਅਗਲਾ ਪ੍ਰਸ਼ਨ ਆਪਣੇ ਕੋਲ ਨੰਬਰ 27, ਹੇਠਾਂ ਦਿੱਤੇ ਜੋੜਿਆਂ ਵਿੱਚੋਂ ਕਿਹੜਾ ਜੋੜਾ ਬਿਜਲੀ ਉਤਪਾਦਨ ਦੇ ਨਵਿਆਣਯੋਗ ਸਰੋਤਾਂ ਦੀ ਉਦਾਹਰਣ ਹੈ? ਵੀ ਪਹਿਲੀ ਆਪਸ਼ਨ ਸਹੀ ਹੈ। ਪ੍ਰਸ਼ਨ ਨੰਬਰ 28, ਸੂਰਜ ਊਰਜਾ ਦਾ ਸਿੱਧਾ ਉਪਯੋਗ ਨਹੀਂ ਕਰਦਾ, ਪੌਣ ਊਰਜਾ ਉਤਪਾਦਨ। ਪ੍ਰਸ਼ਨ ਨੰਬਰ 29 ਦੇ ਲਈ ਇਹਨਾਂ ਵਿੱਚੋਂ ਕੋਈ ਨਹੀਂ। ਵੀ ਪ੍ਰਸ਼ਨ ਨੰਬਰ 30 ਲਈ ਬੀ ਆਪਸ਼ਨ ਸਹੀ ਹੈ।